सत श्री अकाल, मेरा नाम रजनी है। आज सर नाल सर्टिफिकेशन है एमएस स्कूल बीकौर, जिन्होंने 1.5 साल पहले सर्टोमेनिक एसिड बाईपास सर्जरी करवाई थी। आज अस इन्हों का एक्सपीरियंस शेयर करा, इन्हों का एक्सपीरियंस कि रहा सर्जरी के बाद। सत श्री अकाल मैम। सत श्री अकाल मैम, तुम्हारी एज की है? 55 ईयर्स। हां, तुम किस जगह से बिलोंग करते हो? मैं बेटी हूं। मैं बेटी हूं। ओके मैम, तुम वर्किंग हो कि हाउसवाइफ? मैं वर्क काम करती हूं। काम करते हो? की काम करते हो? स्टोरेज करते हैं। ओके, तुसी इंडिया तो बाहर रह रहे हो? तुसी इंडिया में? अच्छा, इंग्लैंड में। ठीक है जी। मैम, तुसी जम्मू हॉस्पिटल तो केडी सर्जरी करवाई है? बाईपास कराई है। हां जी, तुसी वेट लॉस सर्जरी करवाई है? अच्छा जी। मैम, तुम हॉस्पिटल के बारे कितो पता लगया? मैंने इसने पहले कराया सी। हां जी, सेम ऑपरेशन करवाया सी? हां जी, हां जी, मैंने के वेट लॉस सर्जरी करवाई सी के नाने के। अच्छा, ਤੁਹਾਡਾ ਆਪਰੇਸ਼ਨ ਤੋਂ ਪਹਿਲਾਂ weight ਕਿੰਨਾ ਸੀਗਾ? 126 kg। ਹਾਂਜੀ। ਓਕੇ ਜੀ। ਤੁਹਾਨੂੰ ਕੀ ਕੀ ਦਿੱਕਤ ਸੀਗੀ ਕਿ ਤੁਹਾਨੂੰ ਲੱਗਿਆ ਤੁਹਾਨੂੰ ਆਪਰੇਸ਼ਨ ਦੀ ਲੋੜ ਹੈਗੀ? ਗੋਡੀ ਦੁੱਖ ਰਹੀ ਸੀ, ਪੌੜੀਆਂ ਤੇ ਨਹੀਂ ਚੜ ਹੁੰਦਾ ਸੀਗਾ। ਹਾਂਜੀ, ਸਾਹ ਵਗੈਰਾ ਚੜਦਾ ਸੀਗਾ? ਸਾਹ ਇੰਨਾ ਨਹੀਂ ਚੜਦਾ ਸੀ ਤੇ ਗੋਡੀ ਦੁੱਖ ਰਹੀ ਨਾ। ਹਾਂਜੀ, ਠੀਕ ਹੈ ਜੀ। ਤੁਹਾਡਾ ਹੁਣ ਕਿੰਨਾ weight ਹੈਗਾ? ਹੁਣ ਮੇਰਾ 62 kg। ਤਦ ਐਕਸਪੀਰੀਅੰਸ ਕਿਦਾਂ ਰਿਹਾ ਜੰਮੂ ਹਸਪੀਟਲ ਦੇ ਨਾਲ? ਚੰਗਾ ਰਿਹਾ। ਡਾਕਟਰ ਸਾਹਿਬ ਨੇ ਸਭ ਕਲੀਅਰ ਹੈਲਪ ਕੀਤਾ। ਠੀਕ ਹੈ, ਤੁਹਾਨੂੰ ਦਿੱਤੀ ਜੋ ਸਰਵਿਸ ਵਗੈਰਾ, ਤੁਸੀਂ ਸੈਟੀਸਫਾਈ ਹੋ? ਹਾਂਜੀ ਹਾਂਜੀ, ਠੀਕ ਹੈ। ਮੈਮ, ਬਹੁਤ ਸਾਰੇ ਲੋਕੀ ਡਰਦੇ ਹੈਗੇ ਆ, ਉਹਨਾਂ ਨੂੰ ਬਹੁਤ ਜ਼ਿਆਦਾ ਮੋਟਾਪਾ ਹੈਗਾ, ਬਟ ਫਿਰ ਵੀ ਆਪਰੇਸ਼ਨ ਨਹੀਂ ਕਰਾਉਂਦੇ। ਉਹਨਾਂ ਨੂੰ ਡਰ ਲੱਗਦਾ ਕਿ ਆਪਰੇਸ਼ਨ ਦੇ ਬਾਅਦ ਪਤਾ ਨਹੀਂ ਕੀ ਹੋ ਜਾਊਗਾ, ਉਹਨਾਂ ਦੀ ਕੋਈ ਲਾਈਫ ਨੂੰ ਖਤਰਾ ਨਾ ਹੋਏ। ਤੁਸੀਂ ਆਪ ਦੱਸੋ ਵੀ ਜਦੋਂ ਤੁਹਾਡੀ ਫੈਮਿਲੀ ਵਿੱਚ ਆਈ ਥਿੰਕ 4th ਆਪਰੇਸ਼ਨ ਹੋਇਆ? ਹਾਂਜੀ, 4 ਆਪਰੇਸ਼ਨ ਹੋ ਚੁੱਕੇ। ਹਾਂਜੀ, ਤੁਸੀਂ ਇੱਕ ਮੈਸੇਜ ਦੋਗੇ ਲੋਕਾਂ ਨੂੰ ਕਿ ਇਹ ਸਰਜਰੀ ਦੇ ਫਾਇਦੇ ਹੈਗੇ? ਫਾਇਦਾ ਕਿੰਨਾ ਕਰਾਂ ਮੈਂ ਇਹਨਾਂ ਕਿ ਲੋਕਾਂ ਨੂੰ ਸਰਜਰੀ ਕਰਵਾਉਣੀ ਚਾਹੀਦੀ ਹੈ? ਕਰਵਾਉਣੀ ਚਾਹੀਦੀ ਹੈ। ਹਾਂਜੀ, ਆਪਣੀ ਲਾਈਫ ਬਣ ਜਾਂਦੀ ਹੈ। ਅੱਛਾ ਜੀ, ਠੀਕ ਹੈ। ਥੈਂਕ ਯੂ ਮੈਮ, ਐਂਡ ਆਲ ਦਾ ਬੈਸਟ ਫॉर ਐਕਸਪੀਰੀਅੰਸ ਸ਼ੇਅਰ ਕਰਨ ਲਈ ਸਾਡੇ ਨਾਲ। ਓਕੇ, ਥੈਂਕ ਯੂ।